ਸ਼੍ਰੀਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਹੋਰ ਠੀਕ ਠਾਕ ਸਾਰੇ ਜਣੇ? ਜਿਵੇਂ ਕਿ ਤੁਸੀਂ ਲਾਸਟ ਵੀਡੀਓ ਦੇਖੀ ਸੀਗੀ ਵੀ ਟਰੱਕ ਕਿਵੇਂ ਚਲਾਉਣਾ ਕੈਨੇਡਾ ਦੇ ਵਿੱਚ, ਅਤੇ ਅੱਜ ਦੀ ਵੀਡੀਓ 'ਚ ਵੀ ਮੈਂ ਤੁਹਾਨੂੰ ਉਹਦੇ ਬਾਰੇ ਹੀ ਦੱਸੂੰਗਾ। ਆਪਾਂ ਲੇਨ ਚੇਂਜ ਕਰ ਲਈਏ, ਲੈਫਟ ਇੰਡੀਕੇਟਰ ਮੈਂ ਲਾਇਆ ਵਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਟ੍ਰੇਲਰ ਆ, ਅਤੇ ਲੋਡ ਮੈਂ ਚੱਕਿਆ ਹੁਣੇ ਕੰਪਨੀ ਤੋਂ, ਟੋਇਟਾ ਦਾ ਲੋਡ ਹੈ ਜੀ ਇਹ, ਗੱਡੀਆਂ ਦਾ ਸਮਾਨ ਇਹਦੇ ਵਿੱਚ, ਅਤੇ ਇਹ ਮੈਂ ਡਿਲੀਵਰੀਆਂ ਕਰਨੀਆਂ ਅੱਜ 6-7 ਥਾਵਾਂ 'ਤੇ, ਫਿਰ ਵਾਪਸ ਇੱਥੇ ਆਉਣਾ। ਵੁੱਡ ਸਟੋਕ 'ਤੇ ਚੱਕਿਆ ਮੈਂ ਲੋਡ। ਐਨੀਵੇਜ਼, ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸੂੰਗਾ ਵੀ ਤੁਸੀਂ ਬੇਸਿਕ ਟਰੱਕ ਕਿਵੇਂ ਚਲਾਉਣਾ। ਜਿਵੇਂ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ, ਪਿਛਲੀ ਵੀਡੀਓ 'ਚ ਮੈਂ ਬੋਬਟੇਲ ਸੀਗਾ। ਬੋਬਟੇਲ ਮਤਲਬ ਕਿ ਮੈਂ, ਮੇਰੇ ਕੋਲ ਟਰੱਕ ਸੀਗਾ, ਟ੍ਰੇਲਰ ਹੈ ਨਹੀਂ ਸੀ, ਪਰ ਅੱਜ ਦੀ ਵੀਡੀਓ 'ਚ ਆਪਣੇ ਪਿੱਛੇ ਟ੍ਰੇਲਰ ਆ, ਅਤੇ ਆਪਾਂ ਤੁਹਾਨੂੰ ਦੱਸਦੇ ਹਾਂ ਹਾਈਵੇ 'ਤੇ ਜਦੋਂ ਮੈਂ ਟਰੱਕ ਚੜਾਉਣਾ ਅਤੇ ਬੇਸਿਕ ਲੇਨ ਦੇ ਵਿੱਚ ਰਹਿ ਕੇ ਟਰੱਕ ਕਿਵੇਂ ਚਲਾਉਣਾ। ਲੇਨ ਦੇ ਵਿੱਚ ਤਾਂ ਰਹਿਣਾ ਹੀ ਰਹਿਣਾ, ਪਰ ਨਾਲ ਨਾਲ ਆਪਾਂ ਤੁਹਾਨੂੰ ਵੀ ਦੱਸਾਂਗੇ ਵੀ ਲੇਨਾਂ ਕਿਵੇਂ ਚੇਂਜ ਕਰਨੀਆਂ ਟਰੱਕ 'ਤੇ। ਲੈਫਟ ਮਾਰ ਰਹੇ ਹਾਂ, ਬੜਾ ਸੋਹਣਾ ਚੜਿਆ ਅੱਜ, ਆਈ ਮੀਨ ਚੜ ਰਿਹਾ, ਧੁੱਪ ਨਿਕਲੂਗੀ ਅੱਜ ਕਾਫੀ ਦਿਨਾਂ ਬਾਅਦ, ਚਲੋ ਵਧੀਆ ਗੱਲ ਆ। ਅੱਗੇ ਹਾਈਵੇ ਆ ਰਿਹਾ ਜੀ, ਅਤੇ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਵੀ ਤੁਸੀਂ ਹਾਈਵੇ 'ਤੇ ਟਰੱਕ ਪਾਉਣਾ ਤਾਂ ਤੁਸੀਂ ਕਿਸ ਤਰੀਕੇ ਨਾਲ ਪਾਉਣਾ। ਉਹ ਸਾਹਮਣੇ ਵੇਖੋ ਕਿੰਨਾ ਸੋਹਣਾ ਮਾਹੌਲ ਆ, ਹੈ ਨਾ? ਵਾਹ, ਕਿਆ ਬਾਤ ਆ, ਜ਼ਿੰਦਗੀ ਤਾਂ ਉਹੀ ਆ ਕਿ ਨਹੀਂ? ਵਾਓ ਮੈਨ, ਸੂਰਜ ਚੜ੍ਹ ਰਿਹਾ, ਇਹ ਸਨਰਾਈਜ਼। ਹਰ ਹਨੇਰੀ ਤੋਂ ਬਾਅਦ ਸਵੇਰਾ ਹੀ ਹੁੰਦਾ। ਵਾਹ, ਆ ਹਾਈਵੇ ਜੀ 401 ਈਸਟ, ਰਾਈਟ ਇੰਡੀਕੇਟਰ ਦਿੱਤਾ ਮੈਂ, ਚੈੱਕ ਕੀਤਾ ਪਿੱਛੇ, ਪਹਿਲਾਂ ਉਹਦਾ ਥੱਲੜਾ ਮਿਰਰ ਚੈੱਕ ਕੀਤਾ, ਫਿਰ ਮੈਂ ਉਹਦਾ ਉਤਲਾ ਮਿਰਰ ਚੈੱਕ ਕੀਤਾ, ਰੈੱਡ ਲਾਈਟਾਂ, ਰੁਕ ਕੇ ਜਾਣਾ, ਆਪਾਂ ਨੂੰ ਪਤਾ ਉੱਧਰੋਂ ਟ੍ਰੈਫਿਕ ਨਹੀਂ ਆਉਣਾ, ਹਰੀਆਂ ਹੋ ਹੀ ਗਈਆਂ ਵੈਸੇ, ਵੈਸੇ ਵੀ ਰੁਕ ਕੇ ਜਾਈਦਾ ਹੁੰਦਾ ਰੈੱਡ ਲਾਈਟ ਦੇ ਵਿੱਚ। ਆਪਾਂ ਰੈਂਪ 'ਤੇ ਚੜਾ ਲਿਆ, ਇਹਨੂੰ ਰੈਂਪ ਕਹਿੰਦੇ ਆ, ਉੱਥੇ 30 ਦੀ ਸਪੀਡ ਲਿਖੀ ਹੈ ਨਾ, ਆਪਾਂ 30 'ਤੇ ਰੱਖਣਾ, 30 ਤੋਂ ਤਾਂ ਨਹੀਂ ਆਉਣਾ, ਆਪਣੀ 30 ਸਪੀਡ ਆ। ਤੁਸੀਂ ਸਪੀਡੋਮੀਟਰ ਆਈ ਹੋਪ ਕਿ ਤੁਹਾਨੂੰ ਦਿਖ ਰਿਹਾ ਹੋਵੇ, ਬਿਲਕੁਲ ਹੌਲੀ ਹੌਲੀ, ਪਿਛਲਿਆਂ ਦੀ ਕੇਅਰ ਨਹੀਂ ਕਰਨੀ, ਜੇ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਹੁੰਦਾ ਪਿਛਲਿਆਂ ਦੀ ਕੇਅਰ ਨਾ ਕਰੋ, ਅਤੇ ਟਰਾਈ ਕਰੋ ਵੀ ਆਪਣਾ ਟਾਇਰ ਇੱਥੇ ਜੇ ਰਹੇ, ਕਿਉਂਕਿ ਆਪਣੇ ਮਗਰ ਟ੍ਰੇਲਰ ਵੀ ਹੈ ਨਾ, ਸੋ ਸਾਰੀ ਸਪੇਸ ਘੇਰੂਗਾ ਆਪਣਾ ਪੂਰਾ, ਐਗਜੈਕਟ ਲੇਨ ਦੇ ਵਿੱਚ ਆ ਵਾਲੀ, ਆਪਾਂ ਨਾ ਬਾਹਰ ਜਾ ਰਹੇ ਨਾ ਇੱਧਰ ਉੱਧਰ ਜਾ ਨਹੀਂ ਰਿਹਾ ਆਪਣਾ ਟ੍ਰੇਲਰ। ਹਾਈਵੇ 'ਤੇ ਚੜਾਉਣਾ, ਸਪੀਡ ਚੱਕ ਦਿਓ, ਸ਼ੀਸ਼ੇ ਵਾਚ ਕਰੋ, ਥੱਲੜਾ ਵੀ ਦਿਓ, ਥੱਲੜਾ ਇੰਡੀਕੇਟਰ ਦਿਓ, ਲਾਈਨ ਮੁੱਕਣ ਵਾਲੀ ਆ ਨਾ, ਲਾਈਨ ਮੁੱਕਣ ਤੋਂ ਪਹਿਲਾਂ ਆਪਾਂ ਇੱਧਰ ਹੋਣਾ, ਆਪਾਂ ਨੂੰ ਰਾਹ ਮਿਲ ਗਿਆ, ਥੱਲੜਾ ਮਿਰਰ ਵੀ ਵਾਚ ਕੀਤਾ, ਆਪਾਂ ਉਤਲਾ ਵੀ ਕੀਤਾ, ਆਪਾਂ ਚੇਂਜ ਕਰ ਲਿਆ, ਹੁਣ ਆਪਾਂ ਆਰਾਮ ਨਾਲ ਮਸਤੀ ਨਾਲ ਜਾਣਾ 100 ਦੀ ਸਪੀਡ 'ਤੇ। ਥੋੜ੍ਹੀ ਗਾਂ ਕਰ ਲਈ ਸੀਟ, ਸਟੇਅਰਿੰਗ ਨੂੰ ਹਮੇਸ਼ਾ ਘੁੱਟ ਕੇ ਫੜਨਾ ਜੀ, ਤਾਂ ਕਿ ਤੁਹਾਡਾ ਟਰੱਕ ਹਿੱਲੇ ਨਾ। ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਸਟੇਅਰਿੰਗ ਘੁੱਟ ਕੇ ਨਹੀਂ ਫੜਿਆ ਹੁੰਦਾ ਨਾ, ਹਵਾ ਇੱਥੇ ਬਹੁਤ ਜ਼ਿਆਦਾ ਤੇਜ਼ ਚੱਲਦੀ ਹੁੰਦੀ ਕੈਨੇਡਾ ਦੇ ਵਿੱਚ, ਅਤੇ ਜਦੋਂ ਘੁੱਟ ਕੇ ਨਹੀਂ ਫੜਿਆ ਹੁੰਦਾ, ਹਵਾ ਦਾ ਜਦੋਂ ਧੱਫਾ ਵੱਜਦਾ ਆ ਕੇ, ਤਾਂ ਟ੍ਰੇਲਰ ਪਹਿਲਾਂ ਦੂਜੀ ਲੇਨ ਦੇ ਵਿੱਚ ਜਾਂਦਾ, ਹੁਣ ਆਪਾਂ ਪੂਰੀ ਪ੍ਰੋਪਰ ਲੇਨ ਦੇ ਵਿੱਚ ਜਾ ਰਹੇ ਹਾਂ,
ਫਿਰ ਜਦੋਂ ਉੱਧਰਲੀ ਲੇਨ ਦੇ ਵਿੱਚ ਜਾਂਦਾ ਮਗਰ ਗੱਡੀਆਂ ਆਉਂਦੀਆਂ ਹੁੰਦੀਆਂ ਤਾਂ ਉਹਨਾਂ ਨੂੰ ਹਿੱਟ ਕਰ ਸਕਦਾ ਨਾ ਟ੍ਰੇਲਰ, ਸੋ ਆਲਵੇਜ਼ ਟਰੱਕ ਨੂੰ ਨਾ ਪੂਰਾ ਸਟੇਅਰਿੰਗ ਨੂੰ ਘੁੱਟ ਕੇ ਫੜਨਾ ਹਮੇਸ਼ਾ। ਇਸ ਚੀਜ਼ ਦੀ ਕਾਲਜ ਵੀ ਨਹੀਂ ਕਰਨੀ, ਦੋਵੇਂ ਹੱਥ ਪਾ ਕੇ ਫੜਨਾ ਨਾਲੇ। ਜਦੋਂ ਆਪਾਂ ਟਰੱਕ ਚਲਾਉਂਦੇ ਹਾਂ ਟਰੱਕ ਹਮੇਸ਼ਾ ਆਪਾਂ ਰਾਈਟ ਲੇਨ ਦੇ ਵਿੱਚ ਹੀ ਰੱਖਣਾ, ਕਦੇ ਵੀ ਸੈਂਟਰ ਲੇਨ ਦੇ ਵਿੱਚ ਨਹੀਂ ਜਾਣਾ। ਸੈਂਟਰ ਲੇਨ ਦੇ ਵਿੱਚ ਆਪਾਂ ਉਦੋਂ ਹੀ ਜਾਣਾ ਜਦੋਂ ਆਪਾਂ ਟ੍ਰੈਫਿਕ ਨੂੰ ਪਾਸ ਕਰਨਾ। ਆਹ ਤਿੰਨ ਲੇਨਾਂ ਸੜਕ ਦੀਆਂ, ਆਪਾਂ ਲੈਫਟ ਵਾਲੀ ਡੱਬੀ ਅਤੇ ਰਾਈਟ ਵਾਲੀ ਡੱਬੀ ਇਹਦੇ ਵਿੱਚ ਟਰੱਕ ਚਲਾਉਣਾ। ਅਤੇ ਆਪਾਂ ਮੇਕ ਸ਼ੋਰ ਇਹ ਵੀ ਕਰਨਾ ਵੀ ਜਿਹੜਾ ਆਪਣਾ ਪਿੱਛੇ ਟ੍ਰੇਲਰ ਆ ਉਹ ਲਾਈਨਾਂ ਨਾ ਕੱਟੇ ਮਗਰੋਂ, ਅਤੇ ਨਾ ਹੀ ਇੱਧਰੋਂ ਕੱਟੇ, ਸਿੱਧਾ ਜਾਵੇ ਪੂਰਾ। ਅਤੇ ਜਮੀ ਸਟਰੇਟ ਰਹੇ ਹੈ ਨਾ। ਹੁਣ ਆਪਾਂ ਪੂਰੇ ਜਮੀ ਸਿੱਧਾ ਜਾ ਰਹੇ, ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਮੇਰੇ, ਆਪਣਾ ਟ੍ਰੇਲਰ ਜਮੀ ਸਿੱਧਾ, ਲਾਈਨ ਨਹੀਂ ਕੱਟ ਰਿਹਾ ਨਾ, ਨਾ ਹੀ ਉੱਧਰੋਂ ਕੱਟ ਰਿਹਾ। ਹੁਣ ਇਹਦਾ ਤਰੀਕਾ ਮੈਂ ਤੁਹਾਨੂੰ ਦੱਸਦਾ, ਤੁਸੀਂ ਸਿਰਫ ਰੋਡ ਵਾਚ ਕਰਨੀ ਆ, ਨਾਲ ਨਾਲ ਆਪਦੇ ਮਿਰਰ ਵੀ ਵਾਚ ਕਰਨੇ ਆ, ਅਤੇ ਇਹਨੂੰ ਸਟੇਅਰਿੰਗ ਨੂੰ ਘੁੱਟ ਕੇ ਫੜਨਾ। ਬਸ ਤੁਸੀਂ ਸਿੱਧਾ ਸਿੱਧਾ ਵਾਚ ਕਰੀ ਜਾਣਾ, ਜਿਵੇਂ ਜਿਵੇਂ ਲੇਨ ਜਾ ਰਹੀ ਆ ਉਵੇਂ ਉਵੇਂ ਟਰੱਕ ਨੂੰ ਲਈ ਜਾਣਾ। ਦੇਖੋ ਹੁਣ ਕਰਵ ਜੀ ਆ ਗਈ ਹੈ ਨਾ ਥੋੜ੍ਹੀ ਜੀ, ਬਸ ਮੈਂ ਇਹਨੂੰ ਫੋਲੋ ਕਰੀ ਜਾਣਾ ਲੇਨ ਨੂੰ ਆਪਦੀ ਨੂੰ। ਲੇਨ ਤੋਂ ਧਿਆਨ ਨਹੀਂ ਇੱਧਰ ਉੱਧਰ ਕਰਨਾ, ਜੇ ਤੁਸੀਂ ਲੇਨ ਤੋਂ ਧਿਆਨ ਇੱਧਰ ਉੱਧਰ ਕਰੋਗੇ ਤਾਂ ਤੁਹਾਡਾ ਟਰੱਕ ਦੂਜੀ ਲੇਨ ਦੇ ਵਿੱਚ ਜਾ ਸਕਦਾ। ਹਮੇਸ਼ਾ ਲੇਨ 'ਤੇ ਰੱਖਣੇ ਆ ਧਿਆਨ, ਨਿਗਾਹ ਹਮੇਸ਼ਾ ਲੇਨ 'ਤੇ ਹੋਣੀ ਚਾਹੀਦੀ ਆ। ਜੇ ਤੁਹਾਡੀ ਲੇਨ 'ਤੇ ਨਿਗਾਹ ਹੈਗੀ ਆ ਤਾਂ ਤੁਹਾਡਾ ਟ੍ਰੇਲਰ ਵੀ ਸਿੱਧਾ, ਜੇ ਤੁਹਾਡੀ ਲੇਨ 'ਤੇ ਨਿਗਾਹ ਹੈ ਨਹੀਂ ਤੁਹਾਡਾ ਧਿਆਨ ਇੱਧਰ ਉੱਧਰ ਜਾ ਵੜਿਆ ਤਾਂ ਤੁਸੀਂ ਲੇਨ ਕੱਟੋਗੇ ਹੈ ਨਾ। ਆਪਦੀ ਵਾਲੀ ਸਾਈਡ 'ਤੇ ਪੂਰਾ ਧਿਆਨ ਰੱਖਣਾ ਅਤੇ ਦੂਰ ਦੀ ਨਿਗਾਹ ਰੱਖਣੀ ਆ ਹਮੇਸ਼ਾ। ਤੁਸੀਂ ਵੇਖੋ ਮੇਰਾ ਡਿਸਟੈਂਸ ਮੈਂ ਅਗਲੀ ਗੱਡੀ ਤੋਂ ਕਿੰਨਾ ਜ਼ਿਆਦਾ ਮੇਨਟੇਨ ਕੀਤਾ ਹੋਇਆ। ਇਹ ਡਿਸਟੈਂਸ ਮੇਨਟੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਕਿਉਂਕਿ ਜੇ ਆਪਾਂ ਅਗਲੇ ਦੇ ਉੱਤੇ ਚੜਾਵਾਂਗੇ, ਅਗਲੇ ਨੇ ਬ੍ਰੇਕ ਮਾਰੀ, ਆਪਾਂ ਅਗਲੇ ਨੂੰ ਹਿੱਟ ਕਰਾਂਗੇ, ਉਹਦੇ 'ਚ ਉਹਦਾ ਮੂਹਰਲੇ ਦਾ ਬਹੁਤ ਜ਼ਿਆਦਾ ਨੁਕਸਾਨ ਆ, ਖਾਸ ਕਰਕੇ ਛੋਟੀ ਚੀਜ਼ ਦਾ, ਕਿਉਂਕਿ ਉਹਨੇ ਲਦੜਾ ਜਾਣਾ ਤੁਹਾਡੇ ਥੱਲੇ ਆ ਜਾਣਾ, ਅਗਲੇ ਬੰਦੇ ਦੀ ਔਨ ਦਾ ਸਪੋਟ ਡੈਥ ਹੋਊਗੀ। ਇਹ ਸੀਰੀਅਸ ਗੱਲ ਆ, ਕੋਈ ਮਜ਼ਾਕ ਨਹੀਂ ਇਹ। ਪਲੀਜ਼ ਡਿਸਟੈਂਸ ਮੇਨਟੇਨ ਕਰਕੇ ਰੱਖੋ, ਟੇਲ ਗੇਟ ਨਾ ਕਰੋ। ਜਦੋਂ ਆਪਾਂ ਕਿਸੇ ਦੇ ਉੱਤੇ ਚੜਾਉਣੇ ਨਾ, ਇੱਥੇ ਕੈਨੇਡਾ 'ਚ ਨੂੰ ਟੇਲ ਗੇਟਿੰਗ ਕਹਿ ਦਿੰਦੇ ਆ, ਬੰਦਾ ਟੇਲ ਗੇਟ ਕਰ ਰਿਹਾ, ਕਦੇ ਵੀ ਕਿਸੇ ਨੂੰ ਟੇਲ ਗੇਟ ਨਹੀਂ ਕਰਨਾ। ਅਤੇ ਜੇ ਮੰਨ ਲਓ ਤੁਹਾਡੇ ਮੂਹਰੇ ਟਰੱਕ ਜਾ ਰਿਹਾ, ਜੇ ਤੁਸੀਂ ਉਹਦੇ ਉੱਤੇ ਚੜਾ ਕੇ ਚਲਾ ਰਹੇ ਹੋ ਨਾ, ਤਾਂ ਅਗਲੇ ਬੰਦੇ ਨੇ ਜੇ ਬ੍ਰੇਕ ਮਾਰੀ ਤੁਹਾਡੇ ਤੋਂ ਬ੍ਰੇਕ ਨਹੀਂ ਵੱਜਣੀ, ਨਾ ਹੀ ਤੁਹਾਡਾ ਟਰੱਕ ਰੁਕਣਾ, ਕਿਉਂਕਿ ਟਰੱਕ ਦੇ ਵਿੱਚ ਲੋਡ ਹੁੰਦਾ, ਰੁਕਦਾ ਹੀ ਰੁਕਦਾ ਹੈ ਨਾ ਟਰੱਕ, ਤਾਂ ਸਿੱਧਾ ਵਿੱਚ ਵੜੋਗੇ ਉਹਦੇ, ਅਤੇ ਆਪਣੀ ਔਨ ਦਾ ਸਪੋਟ ਡੈਥ ਹੋਊਗੀ, ਮੂਹਰਲੇ ਨੂੰ ਕੁਛ ਨਹੀਂ ਹੋਣਾ ਹੈ ਨਾ। ਸੋ ਆਪਣੀ ਸੇਫਟੀ ਵੀ ਆ ਯਾਰ, ਅਤੇ ਅਗਲੇ 'ਤੇ ਵੀ ਆ। ਹੁਣ ਥੋੜ੍ਹਾ ਜਿਹਾ ਰਾਈਟ ਨੂੰ ਜਾ ਰਹੀ ਹੈ ਸੜਕ, ਬਸ ਆਪਣਾ ਸੜਕ ਵਾਚ ਕਰੋ ਮੂਹਰੇ, ਅਤੇ ਥੋੜ੍ਹਾ ਜਿਹਾ ਹੁਣ ਇੱਧਰੋਂ ਕਰਕੇ ਲੈਫਟ ਹੈਂਡ ਸਾਈਡ ਥੋੜ੍ਹਾ ਜਿਹਾ ਕਰਕੇ ਨਾ, ਉੱਧਰ ਵੇਖੋ ਹੁਣ ਆਪਣਾ ਟ੍ਰੇਲਰ ਉੱਧਰ ਨੂੰ ਜਾਊਗਾ ਥੋੜ੍ਹਾ ਜਿਹਾ, ਉੱਤੇ ਉੱਤੇ ਜੇ ਰੱਖੋ ਇਹਦੇ ਪੈਰ, ਥੋੜ੍ਹਾ ਜਿਹਾ ਇੱਧਰ ਰੱਖੋ ਰਾਈਡ 'ਤੇ, ਬਸ ਲੇਨ ਵਾਚ ਕਰੋ ਯਾਰ, ਜਿਵੇਂ ਜਿਵੇਂ ਲੇਨ ਜਾਈ ਜਾਂਦੀ ਹੈ ਉਵੇਂ ਉਵੇਂ ਥੋੜ੍ਹੀ ਥੋੜ੍ਹੀ ਟਾਇਰਾਂ ਦੀ ਮੂਵਮੈਂਟ ਕਰੋ, ਸਟੇਅਰਿੰਗ ਦੀ ਥੋੜ੍ਹੀ ਥੋੜ੍ਹੀ ਮੂਵਮੈਂਟ ਕਰੋ। ਉਹ ਦੇਖੋ ਆਪਣਾ ਬਿਲਕੁਲ ਵੀ ਬਾਹਰ ਨਹੀਂ ਜਾ ਰਿਹਾ, ਜਿਵੇਂ ਸਟਰੇਟ ਆ, ਉਹ ਸਟਰੇਟ ਹੋਣਾ ਚਾਹੀਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਨਵਾਂ ਬੰਦਾ ਕਦੇ ਵੀ ਕਰੂਜ਼ ਨਾ ਯੂਜ਼ ਕਰੇ, ਤੁਸੀਂ ਰੇਸ 'ਤੇ ਹੀ ਪੈਰ ਰੱਖਣਾ, ਅਤੇ ਟਰਾਈ ਕਰਿਓ ਹੌਲੀ ਚਲਾਉਣ ਦੀ, 90 ਦੀ ਸਪੀਡ 'ਤੇ, 100 ਦਾ ਹਾਈਵੇ ਹੁੰਦਾ, 90 ਦੇ ਵਿੱਚ ਰੱਖਿਓ, ਅਤੇ ਕਰੂਜ਼ ਤਾਂ ਕਦੇ ਵੀ ਨਾ ਲਾਇਓ ਨਾ, 3-4 ਮਹੀਨੇ ਦਾ ਕਰੂਜ਼ ਲਾਉਣਾ, ਲਾਇਓ ਹੀ ਨਾ ਜੇ ਤੁਸੀਂ ਨਵੇਂ ਹੋ।